ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ YouTube ਚੈਨਲ ਪੰਜਾਬੀ ਬਾਇਓਗ੍ਰਾਫਰ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੁਹਾਡੇ ਮਨਪਸੰਦ ਕਲਾਕਾਰ ਅਤੇ ਗੀਤਕਾਰ ਅਰਜਨ ਢਿੱਲੋਂ ਦੀ ਜ਼ਿੰਦਗੀ ਬਾਰੇ। ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅਰਜਨ ਢਿੱਲੋਂ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ। ਅਰਜਨ ਢਿੱਲੋਂ ਦਾ ਜਨਮ 14 ਦਸੰਬਰ 1995 ਵਿੱਚ ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ। ਅਰਜਨ ਢਿੱਲੋਂ ਆਪਣੇ ਮਾਤਾ ਪਿਤਾ ਦੇ ਲਾਡਲੇ ਪੁੱਤਰ ਹਨ ਅਤੇ ਇੱਕ ਭੈਣ ਦੇ ਵੀਰ ਵੀ ਹਨ। ਇਹਨਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ 10ਵੀਂ ਦੀ ਪੜ੍ਹਾਈ ਭਦੌੜ ਤੋਂ ਹੀ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਇਹਨਾਂ ਨੇ BA ਦੀ ਸਟੱਡੀ ਜੋ ਰਾਹੋਂ ਕਿਰਪਾਲ ਅਕੈਡਮੀ ਤੋਂ ਪ੍ਰਾਪਤ ਕੀਤੀ। ਅਰਜਨ ਢਿੱਲੋਂ ਆਪਣੀ ਮਾਸਟਰ ਡਿਗਰੀ ਕੰਪਲੀਟ ਕਰ ਚੁੱਕੇ ਹਨ। ਅਰਜਨ ਢਿੱਲੋਂ ਦੀ ਹੋਬੀਜ਼ ਬਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਕਿਤਾਬਾਂ ਪੜ੍ਹਨਾ ਬਹੁਤ ਪਸੰਦ ਹੈ ਅਤੇ ਉਹਨਾਂ ਨੇ ਪੜ੍ਹਨ ਦੇ ਨਾਲ ਨਾਲ ਵੀ ਉਹਨਾਂ ਦੀ ਗਾਇਕੀ ਵਿੱਚ ਬਹੁਤ ਨਿਖਾਰ ਆਇਆ ਅਤੇ ਉਹ ਤਾਂ ਹਮੇਸ਼ਾ ਕੋਈ ਵੀ ਸਟੋਰੀ ਪਾਉਂਦੇ ਹਨ ਤਾਂ ਕਿਤਾਬਾਂ ਉਹਨਾਂ ਦੇ ਆਸੇ ਪਾਸੇ ਕਿਤਾਬਾਂ ਨਾਲ ਘਿਰੇ ਹੋਏ ਹੁੰਦੇ ਹਨ। ਅਰਜਨ ਢਿੱਲੋਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਗੀਤਕਾਰੀ ਦਾ ਬਹੁਤ ਸ਼ੌਂਕ ਸੀ ਅਤੇ ਉਹਨਾਂ ਦਾ ਲਿਖਿਆ ਹੋਇਆ ਗੀਤ ਉਹਨਾਂ ਦੇ ਦੋਸਤ ਗਗਨ ਹਾਂਜਰਾ ਨੂੰ ਹੀ ਪਤਾ ਸੀ ਅਤੇ ਉਹਨਾਂ ਨੇ ਹਰਿੰਦਰ ਸੰਧੂ ਨੂੰ ਦੱਸਿਆ ਅਤੇ ਉਹ ਨਿਮਰਤ ਖਹਿਰਾ ਲਈ ਗੀਤ ਲੱਭ ਰਹੇ ਸਨ ਅਤੇ ਅਰਜਨ ਦਾ ਲਿਖਿਆ ਇੱਕ ਗੀਤ ਨਿਮਰਤ ਖਹਿਰਾ ਲਈ ਉਹਨਾਂ ਨੇ ਸਿਲੈਕਟ ਕੀਤਾ। ਉਹਨਾਂ ਦਾ ਇਹ ਗੀਤ ਨਿਮਰਤ ਖਹਿਰਾ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਅਤੇ ਉਹਨਾਂ ਨੇ ਇਹ ਗੀਤ 9 ਅਕਤੂਬਰ 2017 ਵਿੱਚ YouTube 'ਤੇ ਰਿਲੀਜ਼ ਕੀਤਾ ਗਿਆ ਅਤੇ ਇਸ ਗੀਤ ਦੇ 100+ ਮਿਲੀਅਨ ਵਿਊ ਹੋ ਚੁੱਕੇ ਹਨ ਜੋ ਕਿ ਦਰਸ਼ਕਾਂ ਨੇ ਬਹੁਤ ਹੀ ਭਰਮਾ ਹੰਗਾਰਾ ਦਿੱਤਾ ਅਤੇ ਅਰਜਨ ਢਿੱਲੋਂ ਦੀ ਇਸ ਲਿਖੇ ਗੀਤ ਨੇ ਇਹਨਾਂ ਦੇ ਇੰਡਸਟਰੀ ਵਿੱਚ ਇੱਕ ਨਾਮ ਬਣਾ ਦਿੱਤਾ। ਉਸ ਤੋਂ ਬਾਅਦ ਰਾਣੀ ਹਾਰ, ਸੱਜਣਾ ਟੌਰ ਅਤੇ ਲਹਿੰਗਾ ਗੀਤ ਗਾਏ ਗਏ। ਅਰਜਨ ਢਿੱਲੋਂ ਵੱਲੋਂ ਲਿਖੇ ਗੀਤ ਨਿਸ਼ਾਨ ਭੁੱਲਰ, ਮੁੱਛ, ਉਧਾਰ ਚੱਲਦਾ, ਬਰਨਾਮ ਭੁੱਲਰ ਵੱਲੋਂ ਗੀਤ ਗਾਏ ਗਏ ਅਤੇ ਇਹਨਾਂ ਦੀ ਇੱਕ ਪੰਜਾਬੀ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣ ਗਈ। ਉਸ ਤੋਂ ਬਾਅਦ ਅਰਜਨ ਢਿੱਲੋਂ ਨੇ ਆਪਣੇ ਲਿਖੇ ਗੀਤ ਆਪ ਗਾਉਣੇ ਸ਼ੁਰੂ ਕੀਤੇ। ਪਹਿਲਾ ਗੀਤ ਅਰਜਨ ਢਿੱਲੋਂ ਨੇ ਆਪਣੀ ਆਵਾਜ਼ ਵਿੱਚ 2018 ਵਿੱਚ ਤਰਸੇਮ ਜੱਸੜ ਦੀ ਫਿਲਮ ਵਿੱਚ ਗਾਇਆ ਗਿਆ। ਇਸ ਗੀਤ ਦਾ ਨਾਮ ਇਸ਼ਕ ਜਿਹਾ ਹੋ ਗਿਆ ਲੱਗਦਾ ਹੈ। ਅਰਜਨ ਢਿੱਲੋਂ ਨੇ ਸੁਪਰਹਿੱਟ ਗੀਤ ਪਹਿਲਾ ਗੀਤ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਤੋਂ ਬਾਅਦ ਬੈਕ ਟੂ ਬੈਕ ਗੀਤ ਦਰਸ਼ਕਾਂ ਦੀ ਝੋਲੀ ਪਾਏ, ਜਿਵੇਂ ਸੇਰਾ ਸਾਂਭਲਾ, ਪੋਨੀ, ਬਾਈ ਬਾਈ, ਕਾਲਾ ਜਾਦੂ, ਜਾਗਦੇ ਰਹੋ, ਕੱਠ ਅਤੇ ਗੁੱਟ ਵਰਗੇ ਕਈ ਸੰਗੀਤ ਸੁਪਰਹਿੱਟ ਗੀਤ ਗਾਏ ਗਏ। ਅਰਜਨ ਢਿੱਲੋਂ ਦੇ ਫੇਵਰੇਟ ਸਿੰਗਰ ਦਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਹਨ। ਲੇਡੀਜ਼ ਸਿੰਗਰ ਹੋਣ ਦੇ ਕਰਕੇ ਨਿਮਰਤ ਖਹਿਰਾ ਇਹਨਾਂ ਦੀ ਰਿਸਪੈਕਟ ਵੀ ਕਰਦੇ ਹਨ ਅਤੇ ਇਹਨਾਂ ਦੇ ਦੋਸਤ ਵੀ ਹਨ। ਇਹ ਸੀ ਅਰਜਨ ਢਿੱਲੋਂ ਦੀ ਬਾਇਓਗ੍ਰਾਫੀ। ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ।